ਕਿਹਾ ਠੀਕ ਠਾਕ ਹੋ ਦੋਸਤੋ, ਜਿਵੇਂ ਕਿ ਸੀਜ਼ਨ 2024 ਖਤਮ ਹੋ ਗਿਆ ਤੇ ਜੂਨ ਤੱਕ ਫਰਵਰੀ ਬਿਲਕੁਲ ਐਂਡ ਹੋ ਗਈ, ਹੁਣ ਸਰਦੀਆਂ ਤੇ ਅਗਲੇ 2025 ਦੀ ਸੀਜ਼ਨ ਦੀ ਤਿਆਰੀਆਂ ਸ਼ੁਰੂ ਹੋ ਗਈਆਂ ਤੇ ਜਿਹੜੇ ਸਾਡੇ ਰੰਗੀ ਸ਼ੌਕੀਨ ਸਨ ਉਹ ਵੀ ਘਰੋਂ ਨਿਕਲ ਪਏ ਤੇ ਉਸਤਾਦਾਂ ਦੇ ਕੋਲੇ ਇੰਟਰਵਿਊਜ਼ ਵਾਸਤੇ ਆਉਣਾ ਸ਼ੁਰੂ ਹੋ ਗਿਆ। ਦੋਸਤੋ, ਅੱਜ ਉਸਤਾਦ ਇਮਰਾਨ ਜੋਇਆ ਪੰਜਕੋਸੀ, ਇਹਨਾਂ ਦੇ ਚੱਕ ਪੰਜਕੋਸੀ ਆਏ, ਬੜਾ ਨਾਮ ਹੈ ਉਸਤਾਦ ਦਾ। ਅਲਹਮਦੁਲਿਲਾ, ਤੁਸੀਂ ਲੋਕ ਵੀਡੀਓਜ਼ ਵੇਖ ਰਹੇ ਹੋ ਤੇ ਉਸਤਾਦ ਦਾ ਇੱਕ ਨਾਮ ਹੈ, ਮੁਕਾਮ ਹੈ, ਅੱਜ ਉਸਤਾਦ ਉਹਨਾਂ ਕੋਲ ਆਏ ਹੈ। ਇਸ ਤੋਂ ਪਹਿਲਾਂ ਦੋਸਤੋ, ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰੋ ਤਾਂ ਕਿ ਸਾਡੀ ਨਈ ਆਉਣ ਵਾਲੀ ਵੀਡੀਓ ਨੂੰ ਆਸਾਨੀ ਵੇਖ ਸਕੋ। ਅਸਲਾਮ ਵਾਲੇਕੁਮ ਸਰ। ਜਿਹੜੇ ਸ਼ਿਕਾਰੀ ਹਜ਼ਰਾਤ ਨੇ ਜੀ, ਕੋਈ ਸ਼ਿਕਾਰੀ ਮਾੜਾ ਨੀ ਅਸੀਂ ਗਿਣਦੇ ਜੀ, ਸਾਰੇ ਸ਼ਿਕਾਰੀ ਅੱਛੇ ਨੇ ਤੇ ਕੋਈ ਆਪਦੇ ਆਪ ਨੂੰ ਮਾੜਾ ਆਖਦਾ ਨੀ ਹੈਗਾ। ਬਾਕੀ ਇੰਟਰੀਆਂ ਵੀ ਅੱਲਾਹ ਦਾ ਲੱਖ ਲੱਖ ਸ਼ੁਕਰ ਹੈ, ਅਸੀਂ ਐਸ ਕਿਉਂ ਛੱਡੀਆਂ ਨੇ, ਜਿੱਤੀਆਂ ਵੀ ਨੇ ਤੇ ਮਾਸ਼ਾਅੱਲਾ ਜੀ, ਪੰਜ ਪੰਜ ਨੰਬਰਾਂ ਦੇ ਵਿੱਚ ਚਾਰ ਚਾਰ ਨੰਬਰ ਵੀ ਅਸੀਂ ਕਲੀਅਰ ਕੀਤੇ ਨੇ ਜੀ ਅੱਲਾਹ ਦੇ ਕਰਮ ਨਾਲ। ਤੇ ਬਾਕੀ ਮੇਨ ਜਿਹੜਾ ਮੁਕਾਬਲਾ ਹੋਇਆ ਨਾ ਜੀ, ਇੱਥੇ ਅਲਾਬਾਦ ਦੇ ਨਾਲ ਹਜ਼ੂਰਪੁਰ ਹੈਗਾ ਪਿੰਡ ਜੀ, ਉੱਥੇ 14 ਅਗਸਤ ਦਾ ਟੂਰਨਾਮੈਂਟ ਸੀ ਜੀ, ਉਹਦੇ ਵਿੱਚ 37 ਕਰੂਤ ਹੁੰਦੇ ਸੀ ਇਰਫਾਨ ਦਾ। ਅੱਛਾ। ਤੇ 5000 ਰੁਪਇਆ ਐਂਟਰੀ ਸੀ, ਇੱਕ ਕਰਾਉਨ ਮੋਟਰਸਾਈਕਲ ਸੀ ਚਾਈਨਾ ਦਾ ਤੇ ਨਾਲ ਟਰਾਫੀ ਤੇ ਬਾਕੀ ਪੈਸੇ ਹੈਗੇ ਸੀ। ਉਹ ਅਲਹਮਦੁਲਿਲਾ ਆਪਣੇ ਮਾਸ਼ਾਅੱਲਾ 9ਵੇਂ ਮੋੜ ਦੇ ਵਿੱਚ 5 ਕਬੂਤਰ ਬਣੇ। ਅੱਛਾ, 9ਵੇਂ ਮੋੜ ਦੇ 5 ਫਿਰ ਸਕਦਾ। ਹਾਂਜੀ ਹਾਂਜੀ, ਉਸਤਾਦ ਬਸ਼ੀਰਾ ਉਹਨਾਂ ਦਾ ਸ਼ਗਿਰਦ ਰਾਓ ਕੱਪਲ ਜੀ, ਇਹਨਾਂ ਦੀ ਕਬੂਤਰੀ ਸਾਡੇ ਨਾਲ ਉੱਡੀ, ਯਾਨੀ ਕਿ 5ਵੇਂ ਮੋੜ ਦੇ ਵਿੱਚ ਜਾ ਕੇ ਸਾਰੇ ਕਬੂਤਰ ਰਹਿ ਗਏ ਸੀ। ਹਾਂਜੀ, ਜਿਹਦੇ ਚ 7 ਕਬੂਤਰ ਮੇਰੇ ਰਹਿ ਗਏ ਸੀ ਤੇ 1 ਕਬੂਤਰੀ ਉਹਨਾਂ ਦੀ ਰਹੀ। ਅੱਛਾ, 7 ਆਪਣੇ ਸਨ। ਹਾਂਜੀ ਸਹੀ। ਤੇ ਫਿਰ ਜਾ ਕੇ 7ਵੇਂ ਦਿਨ 1 ਕਬੂਤਰ ਆਪਣਾ ਗੱਡਿਆ ਤੇ 1 8ਵੇਂ ਦਿਨ ਜਾ ਕੇ ਗੱਡਿਆ ਤੇ ਬਾਕੀ ਮਾਸ਼ਾਅੱਲਾ ਜੀ 5 ਕਬੂਤਰ ਆਪਣੇ ਵਿਨਰ ਹੋਏ ਨੇ ਜੀ। ਇਹ ਟਾਪ ਦਾ ਟੂਰਨਾਮੈਂਟ ਇਹ ਹੋਇਆ। ਬਾਕੀ ਤਕਰੀਬਨ ਤੀਸਰੇ ਮੋੜ ਵਿਚ ਇੱਥੇ ਵੀ ਸਾਰੇ ਕਬੂਤਰ ਆ ਗਏ ਸੀ, 2 ਬੱਚੇ ਆਪਣੇ ਤੇ 2 ਬੱਚੇ ਉਸਤਾਦ ਲਤੀਫ ਅਹਿਮਦ ਸੀ, ਇਹਨਾਂ ਦੇ ਉੱਡਦੇ ਰਹਿ ਜੀ। ਫਿਰ ਇੱਕ ਬੱਚਾ ਆਪਣਾ ਜਾ ਕੇ 7ਵੇਂ ਮੋੜ ਹੈ ਜੀ, ਜਿਹੜਾ ਗਾਲਬਨ 10ਵੇਂ ਮੋੜ ਚ ਕੱਟ ਗਿਆ ਤੇ ਫਿਰ ਉਹਨਾਂ ਦੇ ਦੋ ਫਿਰ ਅੱਗੇ ਜਾ ਕੇ ਉਹਨਾਂ ਦਾ ਇੱਕ ਕੱਟ ਗਿਆ ਜੀ। ਫਿਰ ਜਾ ਕੇ 13ਵੇਂ ਮੋੜ ਦੇ ਵਿੱਚ ਆਪਾਂ ਹਾਰ ਗਏ ਹਾਂ ਜੀ ਤੇ ਬਾਕੀ ਜੀ ਹਾਰ ਜੇ ਤੇ ਇੱਕ ਖੇਲ ਦਾ ਹਿੱਸਾ ਹੈ ਤੇ ਆਪਾਂ ਹਾਰੇ ਹਾਂ ਤੇ ਤਾਂ ਵੀ ਜੀ ਮਜ਼ਾ ਆਇਆ ਤੇ ਬਹੁਤ ਅੱਛੇ ਹੁੰਦੇ ਨੇ ਤੇ ਮਜ਼ੇ ਦੀ ਗੱਲ ਹੈਗੀ ਵੀ ਜਿਹੜਾ ਬੱਚਾ ਆਪਾਂ ਉਡਾਉਂਦੇ ਰਹੇ ਨਾ ਜੀ, 10 ਜਾਂ 11 ਸਾਲ ਦਾ ਬੱਚਾ ਸੀ ਛੋਟਾ ਜਿਹਾ, ਜਿਹਦੇ ਇਹ ਬੱਚੇ ਸੀ ਛੋਟਾ ਜਿਹਾ ਬੱਚਾ ਸੀ ਉਹਦਾ ਇਹ ਸ਼ੌਕ ਸੀ, ਇਹ ਬੱਚੇ ਉਹਦੇ ਘਰ ਲੈ ਗਏ ਸੀ, ਉਹ ਹੀ ਬਦਾਮ ਖਵਾਉਂਦਾ ਸੀ ਤੇ ਬੱਚਾ ਬਹੁਤ ਚੰਗਾ ਉੱਡਿਆ ਕਿ ਉਹਦੇ ਮੇਰਾ ਸੁਬਹ ਰਾਬਤਾ ਨਹੀਂ ਹੋ ਸਕਿਆ ਸ਼ਗਿਰਦਾਂ ਨਾਲ, ਉਹਨਾਂ ਨੇ ਜਾ ਕੇ ਨਾ ਜੀ
ਬਦਾਮ ਗਣੇ ਦੇ ਦੇ ਤੇ ਬਾਕੀ ਹਾਰ ਤੋਂ ਬਾਅਦ ਤਾਂ ਫਿਰ ਕੋਈ ਨਾ ਕੋਈ ਸ਼ਿਕਾਰੀ ਤਾਂ ਹੁੰਦਾ ਹੀ ਨਹੀਂ ਪਾਣਾ ਜੀ, ਬਾਕੀ ਬਹੁਤ ਅੱਛੇ ਹੁੰਦੇ ਬਹੁਤ ਅੱਛੇ ਆਪਣੇ ਮੂੰਹ ਦੇ ਵਿੱਚ ਨੀ ਵਡਿਆਈ ਕਰਦੇ। ਮੇਰੇ ਸ਼ਗਿਰਦ ਹੈਗੇ ਨੇ ਜੀ, ਕਈ ਦਫ਼ਾ ਉਹਨਾਂ ਨੇ ਗੱਲ ਕਹੀਏ ਵੀ ਉਸਤਾਦ ਜੀ ਪਿਛਲੇ ਸਾਲ ਗੋਲੀ ਹੋਰ ਸੀ, ਪਾਣੀ ਹੋਰ ਸੀ, ਇਮਰਾਨ ਜੋਈਆ ਗਰਮੀ ਚ ਨੀ ਕਬੂਤਰ ਜਾਣਦਾ, ਇਸ ਦਫ਼ਾ ਮਾਸ਼ਾਅੱਲਾ ਬੜੀਆਂ ਬਾਜ਼ੀਆਂ ਕੀਤੀਆਂ ਨੇ ਜੀ, ਤੇ ਗਰਮੀ ਵੀ ਦਾ ਟੈਂਪਰੇਚਰ ਵੀ ਬੜਾ ਫਿਰ ਜੀ ਦੋ ਦਫ਼ਾ ਦਾ ਰਿਕਾਰਡ ਹੈਗਾ ਜੀ ਜਿਹਦੇ ਵਿੱਚ ਆਪਣਾ ਕਬੂਤਰ ਰਾਤ ਵੀ ਰਿਹਾ ਹੈ, ਯਾਨੀ ਕਿ ਅਗਲੇ ਘਰ ਦਾ ਵੀ ਮੁੜਿਆ ਹੈ ਜੀ। ਆਪਾਂ ਦੋ ਦਫ਼ਾ ਸਮੁੰਦਰੀ ਤਹਿਸੀਲ ਸਮੁੰਦਰੀ ਜੀ ਤੇ ਉੱਥੇ ਦੂਸਰਾ ਇੱਕ ਪੁਲ ਵਜਦੀ, ਮੈਂ ਰਾਜਭਵਨ ਮਿਲਿਆ ਪੁਰਤਾ ਜੀ, ਉੱਥੇ ਇੰਟਰੀ ਹੈਗੀ ਸੀ, 15 ਕਬੂਤਰ ਉੱਡਦੇ ਸੀਗੇ ਤੇ ਬਹੁਤ ਚੰਗੇ ਕਬੂਤਰ ਉੱਡੇ ਨੇ। ਦੋਵੇਂ ਵਾਰੀ ਆਪਾਂ ਨੰਬਰ ਜਿੱਤੇ ਜਿਤਾਏ ਹਰੇ ਆ, ਮੋੜ ਪੈ ਜਾਂਦਾ ਸੀਗੀ, ਟੈਂਪਰੇਚਰ ਵੀ ਬੜਾ ਸਰ 45-46 ਤੇ, ਯਾਨੀ ਕਿ ਕਬੂਤਰ 4 ਵਜੇ ਘੱਟ ਗਏ ਨੇ, ਇਹ ਦਿਨ ਮਾਰ ਦਿਨ ਆਪਣਾ ਰਾਤ ਰਹਿ ਜਾਂਦਾ ਸੀ। ਇੱਕ ਵਾਰੀ ਸੁਬਹ ਟਾਈਮ ਤੋਂ ਪਿੱਛੇ ਆਇਆ ਤੇ ਇੱਕ ਵਾਰੀ ਫਿਰ ਇਵੇਂ, ਯਾਨੀ ਕਿ ਟਾਈਮ ਤੋਂ ਪਿੱਛੇ ਆਉਂਦਾ ਰਿਹਾ ਜੀ। ਉਹਨਾਂ ਦਾ ਇੱਕ ਵਾਰੀ ਮਰ ਗਿਆ ਸੀ ਤੇ ਉਹ ਮਰੇ ਹੋਏ ਦੀ ਬਾਦ ਹੀ ਲੈ ਗਏ, ਬਾਕੀ ਬਹੁਤ ਅੱਛੇ ਮੁੰਡੇ ਨੇ। ਇਰਫਾਨ ਭਾਈ, ਹਮੇਸ਼ਾ ਤੋਂ ਜਿਵੇਂ ਬੰਦਿਆਂ ਦੀ ਨਸਲ ਹੈਗੀ, ਚੰਗਾ ਬੰਦਾ ਘਾਟਾ ਖਾ ਕੇ ਵੀ ਅਗਲੇ ਨਾਲ ਟੁਰ ਜਾਂਦਾ ਜੀ, ਐਵੇਂ ਪਰਿੰਦੇ ਨੇ ਜਾਨਵਰ ਨੇ, ਇਹਨਾਂ ਦਾ ਬਲੈਡ ਬਹੁਤ ਜ਼ਰੂਰੀ ਹੈ। ਤੇ ਬਾਕੀ ਮੌਸਮ ਦੇ ਲਿਹਾਜ਼ ਨਾਲ ਜੀ, ਫਿਰ ਜਿਹੜਾ ਸ਼ਿਕਾਰੀ ਸਮਝਦਾ ਵੀ ਮੇਰਾ ਕਬੂਤਰ ਇੱਥੇ ਠੰਡਾ ਹੈਗਾ ਜੀ, ਇੱਥੇ ਨੂੰ ਗਰਮ ਕਰਨਾ ਚਾਹੀਦਾ, ਇੱਥੇ ਜ਼ਿਆਦਾ ਗਰਮ ਹੈਗਾ, ਉਹਨੂੰ ਥੋੜ੍ਹਾ ਜਿਹਾ ਨਾਰਮਲ ਕਰਨਾ ਚਾਹੀਦਾ, 50-50 ਕਰਨਾ ਚਾਹੀਦਾ ਜੀ। ਬਾਕੀ ਆਪੋ ਆਪਣੇ ਉਸਤਾਦਾਂ ਦੇ ਜੀ ਕੁਲੀਏ ਦਿੱਤੇ ਹੋਏ ਹੈਗੇ ਨੇ ਸ਼ਗਿਰਦਾਂ ਕੋਲ ਜੀ, ਤੇ ਸੈਟਿੰਗ ਵੇਖਣੀ ਚਾਹੀਦੀ ਤੇ ਬੰਦੇ ਨੂੰ ਆਪਣੇ ਆਪ ਤੇ ਮੁਤਮਿਨ ਹੋਣਾ ਚਾਹੀਦਾ। ਅਕਸਰ ਟੈਂਪਰੇਚਰ ਹੁੰਦਾ ਜੀ 38-39-40 ਤੇ ਲੋਕ ਗੋਲੀ ਨੂੰ ਤਾਂ ਬਹੁਤ ਵੱਡਾ ਸਮਝਦੇ ਨੇ ਜੀ, ਉਹਨਾਂ ਨੂੰ ਇਹ ਨਹੀਂ ਪਤਾ ਹੋਣਾ ਹੁੰਦਾ ਵੀ ਮੋੜ ਵੀ ਪੈਣਾ, ਤੇ ਜੇ ਅਗਰ ਸਾਡਾ ਰਾਤ ਨੂੰ ਬੈਠਾ ਰਿਹਾ ਤੇ ਅਸੀਂ ਮੋੜ ਕਿਵੇਂ ਦੇਵਾਂਗੇ ਜੀ। ਗਰਮੀ ਦੇ ਵਿੱਚ ਫਿਰ ਮੇਨ ਗੱਲ ਬਾਗਿਆਂ ਦੀ ਪਲਟਾ, ਜਿਹੜਾ ਰਾਤ ਨੂੰ ਸੌ ਕੇ ਆਉਂਦਾ ਨਹੀਂ ਉੱਡਦਾ ਜੀ, ਜਿਹਨੇ ਰਾਤ ਨੂੰ ਤਕਰੀਬਨ ਬਾਜ਼ੀ ਤੋਂ 8 ਦਿਨ ਪਹਿਲੇ 10 ਦਿਨ ਪਹਿਲੇ ਮੁਕੰਮਲ ਟਾਈਮ ਦਿੱਤਾ ਹੈ ਜੀ, ਕਬੂਤਰ ਨੂੰ ਮੌਸਮ ਦੇ ਹਿਸਾਬ ਨਾਲ ਪਲਟਾ ਕੀਤਾ ਹੈ ਜੀ, ਫਿਰ ਉਹਨੂੰ ਪਾਣੀ ਸ਼ਾਣੀ ਚਕਵਾ ਲਿਆ, ਜੋ ਵੀ ਸਿਸਟਮ ਹੁੰਦਾ ਜੀ ਬਣਿਆ ਹੋਇਆ ਪਾਣੀ ਦਾ, ਫਿਰ ਉੱਠਦਾ ਕਬੂਤਰ। ਗਰਮੀ ਦੇ ਵਿੱਚ ਕਿੰਨੇ ਵਜੇ ਪਲਟਾ ਦੇਣਾ ਚਾਹੀਦਾ ਸ਼ਾਮ ਨੂੰ ਸੁਬਹ ਮਕਸਦ? ਇਰਫਾਨ ਬਈ,
ਕਬੂਤਰ ਜਿਵੇਂ ਤਲਖੀ ਕਰਦਾ ਹੋਵੇ ਨਾ ਜੀ, ਉਹਦਾ ਉਵੇਂ ਪਲਟਾ ਹੁੰਦਾ। ਅਸੀਂ ਵੀ ਕਬੂਤਰਾਂ ਨੂੰ ਰਾਤ ਨੂੰ 1-1 ਵਜੇ ਵੀ ਪਲਟੇ, 2 ਵਜੇ ਵੀ। ਕੋਈ ਐਸੇ ਕਬੂਤਰ ਹੁੰਦੇ ਨੇ 45 ਟੈਂਪਰੇਚਰ ਤੱਕ ਵੀ ਜੀ 4:30-4 ਦੇ ਪਲਟਾ ਨੂੰ, 5 ਦੇ ਪਲਟਾ ਨੂੰ ਮੰਨਦੇ ਨੇ, ਬਹੁਤ ਦੁਖਦੇ ਨੇ। ਅੱਛਾ ਜੀ, ਹਾਂਜੀ। ਲਾਹਰਵਾਲੀ ਦੇ ਨਾਲ ਜੀ, ਤੇ ਉਹਦਾ ਇੱਕ ਕੁੜੀਆ ਹੈਗਾ ਜੀ, ਉਹ ਕਬੂਤਰਾਂ ਨੂੰ ਫਿਰਤਾਂ ਦੇ ਵਿੱਚ, ਉਹ ਤੇ ਉਸਤਾਦ ਨਿਆਮਤ ਅਸਾਈ ਹੈ ਜੀ, ਅਸਾਈ, ਉਹ ਫਿਰਤਾਂ ਦੇ ਵਿੱਚ ਕਬੂਤਰਾਂ ਨੂੰ ਰਹਿਸ਼ ਦੇ ਕੇ ਛੱਡਦੇ ਨੇ। ਉਹਨਾਂ ਦਾ ਕੋਈ ਕੁਲੀਆ ਹੈਗਾ ਜੀ, ਪਰ ਕੁਲੀਆ ਇਵੇਂ ਹੈਗਾ ਵੀ ਜਿਹੜਾ ਉਸਤਾਦ ਰਿਆਸ ਸੰਘਲਾ ਜੀ, ਉਹਦਾ ਉਹ ਸੰਘਲੇ ਵਾਲਾ ਟਿੱਬਾ ਉਹਦਾ ਪਿੰਡ ਜੀ, ਉਹਦੇ ਕੋਲ ਸਰਦਾਰ ਸਦੀਪ ਵਾਲੇ ਕਬੂਤਰ ਲਾਟੂਆਂ ਵਿੱਚ ਵੀ ਹੈਗੇ ਸੀ ਜੀ, ਹੁਣ ਗਾਲਬਨ ਹੋਣ ਜਾਂ ਨਾ ਹੋਣ। ਉਹ ਡੇਲੀ ਇੱਕ ਸੋਨੇ ਦਾ ਵਰਕ ਲਾਉਂਦਾ ਜੀ, ਜਿਹੜਾ ਮਾੜਾ ਮੋਟਾ ਸ਼ੌਕੀਨ ਹੈਗਾ ਉਹ ਇਹ ਖਰਚਾ ਨਹੀਂ ਅਫੋਰਡ ਕਰ ਸਕਦਾ। ਉਹ ਰਹਿਸ਼ ਚੁਕਾਉਣ ਵਾਸਤੇ ਤਕਰੀਬਨ ਰਾਤ ਨੂੰ ਡੇਲੀ ਇੱਕ ਸੋਨੇ ਦਾ ਵਰਕ ਕਬੂਤਰਾਂ ਨੂੰ ਲੱਗਣਾ ਜੀ, ਯਾਨੀ ਕਿ ਗਰਮ ਹੀ ਕੀਤੀ ਜਾਣਾ ਜੀ, ਹਮੇਸ਼ਾ ਤੋਂ ਰਹਿਸ਼ ਕਬੂਤਰ ਗਰਮ, ਜਿਹੜਾ ਕਬੂਤਰ ਹੋਵੇਗਾ ਉਹ ਰਹਿਸ਼ ਟੋਰੇਗਾ, ਠੰਡਾ ਕਬੂਤਰ ਰਹਿਸ਼ ਨਹੀਂ ਟੋਰਦਾ। ਇਹ ਮੇਰੀ ਨਵੇਂ ਸ਼ੌਕੀਨਾਂ ਨੂੰ, ਯਾਨੀ ਕਿ ਇਹ ਐਵੇਂ ਸਮਝ ਲਓ ਜੀ, ਉਹਨਾਂ ਨੂੰ ਇਹ ਪੈਕੇਜ ਦਿੰਦੇ ਹਾਂਜੀ, ਜਿਹੜਾ ਕਬੂਤਰ ਮੋਰ ਦੇ ਵਿੱਚ ਵੀ ਜਿਹੜਾ ਕਬੂਤਰ ਗਰਮ ਹੋਵੇਗਾ ਉਹ ਕਬੂਤਰ ਬਦਾਮ ਹਜ਼ਮ ਕਰੇਗਾ ਤੇ ਜ਼ਿਆਦਾ ਤੋਂ ਜ਼ਿਆਦਾ ਕਰੇਗਾ। ਸਹੀ ਪਤਾ ਕਿਵੇਂ ਲੱਗ ਸੀ ਗਰਮ ਕਬੂਤਰ ਹੈਗਾ ਜੀ? ਇਹ ਤਾਂ ਜੀ ਜੀ ਅਗਰ ਇੰਨਾ ਨੌਲੇਜ ਨਹੀਂ ਹੈਗਾ ਕਿਸੇ ਸ਼ੌਕੀਨ ਨੂੰ ਤੇ ਉਹ ਸ਼ੌਕ ਹੀ ਨਾ ਕਰੇ, ਉਹ ਸ਼ੌਕ ਸਰਵਿਸ ਦੇ ਨਾਲ ਹੈਗਾ ਜੀ। ਦੇਖੋ ਮੈਂ ਜੀ 2007 ਦੇ ਵਿੱਚ ਜੀ ਬਾਲੀਆਂ ਛੱਡਣੀਆਂ ਸ਼ੁਰੂ ਕੀਤੀਆਂ ਨੇ, 100-200 ਵਾਲੀ ਵੀ ਛੱਡੀ ਹੈ ਜੀ, ਇਹ ਸਿਸਟਮ ਚ ਬਾਲਾਂ ਨਾਲ ਜੀ। ਤੇ ਵੇਖੋ ਨਾ ਜੀ, ਇੱਕ 25 ਸਾਲ ਕਈ ਮਹਿਕਮਿਆਂ ਦੇ ਵਿੱਚ ਬੰਦੇ ਸਰਵਿਸ ਕਰਕੇ ਪੈਨਸ਼ਨ ਰਿਟਾਇਰ, ਤੇ ਸਾਡੀ ਤਾਂ ਜੀ ਹੁਣ ਉਸ ਹਿਸਾਬ ਨੂੰ ਦੇਖੀ ਤਾਂ ਪੈਨਸ਼ਨ ਨਹੀਂ ਸਾਈ। ਅਗਰ ਤੁਸੀਂ ਹੁਣ ਦੇਖੋ ਜੀ, ਉਹ ਚੀਜ਼ ਜਦੋਂ ਉਹ ਸ਼ੌਕ ਸੀ, ਹਾਂਜੀ, ਉਹ ਸ਼ੌਕ ਨੂੰ ਤੇ ਇਹ ਸ਼ੌਕ ਨੂੰ ਤੁਸੀਂ ਕਿਵੇਂ ਲੈਂਦੇ ਹੋ ਕਿ ਉਦੋਂ ਸ਼ੌਕ ਦੇ 2000 ਦੇ ਵਿੱਚ ਤੇ ਹੁਣ 25 ਸਾਲ ਬਾਅਦ ਤੁਹਾਨੂੰ ਕੀ ਲੱਗਦਾ ਕਿ ਉਹ ਸ਼ੌਕ ਬਿਹਤਰ ਸੀ ਇਹ ਸ਼ੌਕ ਬਿਹਤਰ? ਅਗਰ ਨਾ ਜੀ ਉਸ ਸ਼ੌਕ ਨੂੰ ਦੇਖਿਆ ਜਾਵੇ ਨਾ ਜੀ, ਤੇ ਹੁਣ ਦਾ ਜਿਹੜਾ ਸ਼ੌਕ ਹੈ ਇਹ ਜੀ ਸਖ਼ਤ ਹੈ, ਮੁਕਾਬਲੇ ਬੜੇ ਸਖ਼ਤ ਨੇ। ਉਦੋਂ ਜੀ 43-44-45 ਟੈਂਪਰੇਚਰ ਤੇ ਜੀ ਨਾ ਪਹਿਲੇ ਲੋਕ ਨਾ ਸਾਡੇ ਕਬੂਤਰ ਉਡਾਉਂਦੇ ਸੀ ਜੀ, ਗਰਮ ਕਰ ਲਿਆ ਜਾਂ ਬਣਿਆ ਪਾਣੀ ਲਾਜ਼ਮੀ ਲਾਉਣੇ ਜੀ। ਉਦੋਂ ਇਹ ਮੈਡੀਸਨ ਦਾ ਤਾਂ ਦੌਰ ਨਹੀਂ ਹੈਗਾ ਜੀ, ਸਰਕਾਰੀ ਹਜ਼ਰਾਤ ਉਸਤਾਦ ਜਿਹੜੇ ਪਹਿਲੇ ਦੇ ਗੁਜ਼ਰ ਗਏ ਨੇ ਜੀ, ਕਈ ਹਯਾਤ ਵੀ ਹੈਗੇ ਨੇ ਜੀ, ਉਹਨਾਂ ਦੀ ਦੇਸੀ ਗੋਲੀ ਹੁੰਦੀ ਸੀ ਜੀ, ਉਹਦੇ ਵਿੱਚ ਬੜਾ ਕੁਛ ਪਾਉਂਦੇ ਸੀ। ਹੁਣ ਉਹ ਗੋਲੀ ਕੋਈ ਬਣਾਉਂਦਾ ਹੀ ਨਹੀਂ, ਜੇ ਅਗਰ ਬਣਾਉਂਦਾ ਤੇ ਉਹਨੂੰ ਮੈਡੀਸਨ ਵਾਲੀ ਚਸ ਨਹੀਂ ਆਉਂਦੀ। ਮੈਂ ਜੇ ਅਗਰ ਤੁਸੀਂ ਬਣਿਆ ਪਾਣੀ ਲਾਵੋਗੇ ਅਗਰ ਨਾਲ ਮੈਡੀਸਨ ਨਹੀਂ ਲੱਗੀ ਨਾ ਜੀ, ਕੋਈ ਜਿਹੜੀ ਅੱਛੀ ਗੋਲੀ ਹੈਗੀ ਨਹੀਂ ਲੱਗੀ ਤੇ ਕਬੂਤਰ ਨਹੀਂ ਉੱਡਦਾ। ਹਾਂਜੀ, ਤੇ ਗਰਮੀ ਦਾ ਟੈਂਪਰੇਚਰ ਜ਼ਿਆਦਾ ਹੋਵੇਗਾ ਤੇ ਮੈਡੀਸਨ ਲੱਗੇਗੀ ਤੇ ਤਾਂ ਵੀ ਕਬੂਤਰ ਨੇ ਖੁਸ਼ਕ ਹੋਣਾ ਜੀ। ਉਹਦੇ ਵਿੱਚ ਤਕਰੀਬਨ ਨਾ ਜਿਹੜਾ ਟੈਂਪਰੇਚਰ ਹੈ ਕਬੂਤਰ ਦੀ ਤਬੀਅਤ ਦਾ ਮੌਸਮ ਦੇ ਹਿਸਾਬ ਨਾਲ 50-50 ਹੋਣਾ ਚਾਹੀਦਾ। ਅੱਛਾ ਸਾਈ, ਹੁਣ ਸਾਰੇ ਜਾਣ ਨੂੰ ਪਤਾ ਕਿ ਮੋਤੀ ਬਾਲ ਲੱਗਦੀ ਹੈ, ਫਲਾਣੀ ਗੋਲੀ ਲੱਗਦੀ, ਫਲਾਣੀ ਗੋਲੀ ਲੱਗਦੀ, ਬਸ ਤੁਸੀਂ ਆਪਣੇ ਤਜਰਬੇ 'ਚ ਕਿਹੜੀ ਯੂਜ਼ ਕਰਦੇ ਹੋ ਗੋਲੀ? ਬਸ ਜੀ ਅਸੀਂ ਵੀ ਇਹ ਸਾਰੀਆਂ ਹੀ ਕਰਦੇ ਹਾਂ, ਸਾਰੇ ਅਫਿਕਸ ਤੋਂ ਆਦੇ ਸਾਹਿਬ। ਬਾਕੀ ਜੀ ਇਹ ਵੇਖੋ ਨਾ ਜੀ, ਮੈਡੀਸਨ ਦੇ ਵਿੱਚ ਫਾਰਮੂਲੇ ਹੁੰਦੇ ਨੇ, ਹੁਣ ਇਹ ਮੋਤੀ ਬਾਲ ਹੈ, ਜਿਹੜੀ ਤੋਂ ਨੇ ਜਾਂ ਮਾਡਰਨ ਨੇ ਤਕਰੀਬਨ ਇਹ ਬੋਲੇ, ਇਹਨਾਂ ਦਾ ਸਾਲਟ ਤਕਰੀਬਨ ਨਾ ਜੀ ਜਿੱਥੇ ਜੀ ਅਸਲ ਵੇਖੋ ਦੇਖੋ ਨਾ ਜੀ,
ਹੁਣ ਇੱਕ ਪਰਿੰਦਾ ਇਹਦਾ 200 ਜਾਂ 250 ਗ੍ਰਾਮ ਵਜ਼ਨ ਹੋਵੇਗਾ, 200 ਗ੍ਰਾਮ ਵੀ ਬਸ ਮਸੇ ਹੀ ਹੈ ਜੀ, 250 ਗ੍ਰਾਮ ਵਾਲੇ ਪਾਸੇ ਜਾਂਦਾ ਹੀ ਨਹੀਂ ਜੀ। ਇਹਨੂੰ ਅਗਰ ਇੱਕ ਬੰਦੇ ਦਾ ਰੇਟ ਹੈਗਾ ਜੀ 90 ਕਿਲੋ ਤੱਕ, 100 ਕਿਲੋ ਤੱਕ ਇਹਨਾਂ ਨੇ ਮੈਡੀਸਨ ਤਿਆਰ ਕੀਤੀ ਇੱਕ ਟੈਬਲੇਟ ਇੱਕ ਗੋਲੀ ਕਰ ਦਿੰਦੇ, ਅਗਰ ਹੁਣ ਕਬੂਤਰ ਨੂੰ ਜੋ ਦਿੱਤੀ ਜਾਵੇ 1/4 ਹਿੱਸਾ ਜਾਂ ਅੱਧੀ ਜੋ ਬਰਦਾਸ਼ਤ ਨਹੀਂ ਕਰੇਗਾ ਜੀ, ਇਹਦੇ ਤਬੀਅਤ ਦੇ ਮੁਤਾਬਕ ਤੁਸੀਂ ਡੋਜ਼ ਜਿਹੜੀ ਬਣਾਵੋਗੇ ਨਾ, ਤੇ ਬਾਵੇ ਤੁਸੀਂ ਏਵਲ ਤੇ ਵੀ ਉਡਾਵੋਗੇ ਨਾ, ਜੇ ਅਗਰ ਕਬੂਤਰ ਤੇ ਤੁਸੀਂ ਤਬੀਅਤ ਨੂੰ ਟੈਂਪਰੇਚਰ ਨੂੰ ਸਮਝੋਗੇ, ਉਹਦੀ ਰੇਂਜ ਨੂੰ ਸਮਝੋਗੇ, ਤੇ ਉੱਡੇਗਾ ਕਬੂਤਰ। ਇਹ ਨੀ ਮੈਂ ਆਖਦਾ ਵੀ ਤੁਸੀਂ ਏਵਲ ਹੀ ਦੇਵੋ ਜੀ, ਅੱਛਾ ਮੈਂ ਆਖਦਾ ਵੀ ਡੋਜ਼ ਬਾਵੇ ਬੰਦਾ ਹੈ ਬਾਵੇ ਉਹਨੂੰ ਜਿਹੜਾ ਨਾ ਤਕਸੀਮ ਕਰਨੀ ਪਏਗੀ ਡੋਜ਼ ਦਾ ਕੀ ਹਿਸਾਬ। ਹਾਂਜੀ, ਚੰਗੇ ਕਬੂਤਰ ਦੀ ਡੋਜ਼ ਥੋੜ੍ਹੀ ਜਿਹੀ ਘੱਟ ਰੱਖਣੀ ਚਾਹੀਦੀ, ਦਰਮਿਆਨੇ ਦੀ ਦਰਮਿਆਨੀ ਰੱਖਣੀ ਚਾਹੀਦੀ, ਜਿਹੜਾ ਅਸਲ ਉਦਾਗੀ ਹੋਵੇ ਵੀ ਪਤਾ ਹੈਗਾ ਇਹਨੇ ਪੱਲਾ ਨਹੀਂ ਜਲਣਾ, ਇਹਨੇ ਟਾਵਰ ਦੇ ਜਾਂ ਮਿਨਾਰ ਤੇ ਜਾਣਾ, ਉਹਨੂੰ ਥੋੜ੍ਹਾ ਜਿਹਾ ਸਖ਼ਤ ਉਡਾਉਣਾ ਪੈਂਦਾ। ਸਾਹਿਬ ਵੈਸੇ ਓਵਰਆਲ ਜਿਹੜਾ ਹੈ ਤੁਸੀਂ ਜਿਹੜੇ ਇਸ ਗਰਮੀ ਨੂੰ ਵੇਖ ਕੇ ਜਿਹੜਾ ਤੁਸੀਂ ਪੁਰਾਣੇ ਜੋੜੇ ਲਾਏ ਹੋਏ ਸਨ ਉਹ ਤੋੜਦੇ ਜਾਂ ਉਹ ਹੀ ਲਾਏ ਹੋਣ ਕੇ ਉਹਨਾਂ ਵੀ ਕੰਮ ਦੇ ਜਾਣਗੇ? ਖਾਨ ਬਈ ਆਪਣੇ ਕੋਲ ਜਿਹੜਾ ਬਲੈਂਡ ਚੱਲ ਰਿਹਾ ਨਾ ਜੀ ਕਬੂਤਰਾਂ ਦਾ, ਇਹ ਗਾਲਬਨ 95 ਤੋਂ ਚੱਲ ਰਿਹਾ ਜੀ। ਮੇਰਾ ਵੱਡਾ ਭਾਈ ਸੀ, ਉਹਦੀ ਕੋਈ ਸ਼ਾਦੀ ਨਹੀਂ ਹੋਈ, ਜਿਹੜੀ ਮੇਨ ਕਬੂਤਰੀ ਆਪਣੇ ਘਰ ਆਈ ਸੀ ਤੇ ਇਹ ਕਬੂਤਰ ਉਹ ਹੀ ਆਪਣੇ ਕੋਲ, ਉਹਨਾਂ ਦੇ ਵਿੱਚ ਕਾਲੀ ਚੀਨੀ ਮਜ਼ਬੂਤੀ ਪਹਿਲੇ ਸ਼ਾਦੀ ਆਪਣੇ ਕਬੂਤਰ ਨੇ ਨਾ ਜੀ ਥੋੜੇ ਜੇ ਠੰਡੀ ਤਬੀਅਤ ਦੇ ਨੇ, ਅੱਛਾ ਇਹਨਾਂ ਨੂੰ ਜਿਵੇਂ ਜਿਵੇਂ ਤੁਸੀਂ ਬਹਿ ਕੇ ਉਡਾਵੋਗੇ ਉਵੇਂ ਇਨਸ਼ਾਲਾ ਵਧਦੇ ਲੱਗਦੇ ਵਾ। ਸੇਵੇਂ ਹੈਗੇ ਨੇ ਜੀ ਭਾਵਨਗਰ ਹਨੇਰ ਆ ਗਿਆ ਨਾ ਜੀ, ਅਗਰ ਫੋਨ ਆ ਗਿਆ ਆਪਾਂ ਡੰਗ ਹੀ ਲਾਵਾਂਗੇ, ਕਬੂਤਰ ਆਪਣੇ ਤਕਰੀਬਨ ਬਹਿ ਜਾਵਾਂਗੇ ਹਮੇਸ਼ਾ। ਤੋਂ ਇਰਫਾਨ ਬਈ ਸ਼ਿਕਾਰੀ ਹਜ਼ਰਾਤ ਨੇ ਜਿਹੜੇ ਨਵੇਂ ਸ਼ੌਕੀਨ ਨੇ ਉਹਨਾਂ ਨੂੰ ਇਹ ਵੀ ਆਪਾਂ ਇੱਕ ਟਿਪ ਦਿੰਦੇ ਹਾਂ ਵੀ ਹਮੇਸ਼ਾ ਤੂੰ ਜਿਹੜਾ ਕਬੂਤਰ ਠੰਡੀ ਤਬੀਅਤ ਦਾ ਹੋਵੇਗਾ ਨਾ ਜੀ ਉਹ ਮੈਡੀਸਨ ਚੱਕੇਗਾ। ਜਿਹੜਾ ਕਬੂਤਰ ਹਰ ਫੜਕ ਵਿੱਚ ਜ਼ੋਰ ਲਾ ਕੇ ਆਉਂਦਾ ਨਾ ਜੀ ਉਹ ਮੈਡੀਸਨ ਨਹੀਂ ਚੱਕੇਗਾ। ਅੱਛਾ, ਜਿਹੜਾ ਕਬੂਤਰ ਦਾ ਵਜੂਦ ਲੈ ਕੇ ਆ ਰਿਹਾ ਉਹ ਕਬੂਤਰ ਮੈਡੀਸਨ ਚੱਕ ਰਿਹਾ, ਤੇ ਇੱਕ ਇਹ ਮੇਰਾ ਤਜਰਬਾ ਸਮਝ ਲਓ ਪ੍ਰੈਕਟੀਕਲ ਜੀ, ਜਿਹੜੇ ਕਬੂਤਰਾਂ ਦੇ ਬੱਚੇ ਸਰਦੀਆਂ ਦੇ ਵਿੱਚ ਅਕਸਰ ਠੰਡੇ ਮੌਸਮ 'ਚ ਸ਼ਿਕਾਰੀ ਅੱਗੇ ਲਾਉਂਦੇ ਨੇ ਜੀ, ਆਹਦੇ ਵਿੱਚ ਮੇਰਾ ਬੱਚਾ ਅੱਜ ਉੱਡਿਆ ਜਾਂ ਦੂਸਰੀ ਫੜਕ ਉੱਡਿਆ ਤੇ ਰਾਤ ਰਹਿ ਗਿਆ ਜੀ, ਸਾਡਾ ਵੀ ਇਨਸ਼ਾਲਾ ਤਜਰਬਾ ਹੈ ਉਹ ਗਰਮੀ 'ਚ ਨਹੀਂ ਹੋਵੇ। ਸ਼ਿਕਾਰੀ ਕੋਈ ਸਮਝਦਾਰ ਹੋਇਆ ਤੁਹਾਨੂੰ ਉਡਾ ਲਵੇਗਾ, ਉਹ ਹੁੰਦੇ ਨੇ ਜੀ ਗਰਮ ਬਲੈਂਡ, ਗਰਮ ਹੁੰਦੇ ਉਹ ਗਰਮੀ ਬਰਦਾਸ਼ਤ ਨਹੀਂ ਕਰਨਗੇ ਤੇ ਮੈਡੀਸਨ ਬਰਦਾਸ਼ਤ ਨਹੀਂ ਕਰਨਗੇ। ਆਪਣੇ ਕਿੰਨੇ ਕਬੂਤਰਾਂ ਦੇ ਬੱਚੇ ਨੇ ਕੋਈ ਦੇਖੋ ਜੀ ਸਰਦੀਆਂ ਚਲਾਉਣੇ ਦਾ 2-4 ਘੰਟੇ ਜੀ ਦੋਸਤੋ, ਜਿਹੜੇ ਕਬੂਤਰ ਸਰਦੀਆਂ ਘੱਟ ਹੁੰਦਾ ਤੇ ਉਹ ਹੀ ਗਰਮੀਆਂ ਜ਼ਿਆਦਾ ਉਹ ਗਰਮੀ ਚੁੱਕੇਗਾ ਜੀ। ਆਪਣੇ ਜੀ ਉਹ ਕਰਤਾਰ ਕੇਂ ਦੇ ਜ਼ਿਲ੍ਹਾ ਉਪਾੜ ਆ ਜੀ, ਇਸ ਕੀ ਵਾਰੀ ਵੀ ਉਹ ਹਾਰ ਟਿੱਕੀ ਵਾਲਾ ਮੇਲੇ ਵਾਲਾ ਟੂਰਨਾ ਨੇ ਮਾਸ਼ਾਅੱਲਾ ਆਪਣੇ ਬੱਚੇ 2 ਦੀ 8ਵੀਂ ਬੋਰਡ ਚ ਕੀਤੇ ਨੇ 46 ਕਬੂਤਰ ਦੇ ਜੀ, ਤੇ ਜਦੋਂ ਮੈਂ ਗਲਾਏ ਨੇ ਬੱਚੇ ਜੀ ਸ਼ਗਿਰਦ ਨੂੰ ਦੇਖਿਆ ਪ੍ਰਵੇਦ ਮਾਰ ਹੋਗਾ ਜੀ ਨਾਇਰ ਹੈ, ਤੇ ਮੇਰਾ ਸ਼ਗਿਰਦ ਸੀ ਉੱਥੇ ਤਾਰਕ ਨਿਸ਼ਾਨੀ ਜੀ, ਉਹ ਮੈਂ ਦੂਸਰੇ ਪ੍ਰਵੇਦ ਨੂੰ ਖੁਦ ਕਹਿੰਦਾ ਸੀ ਕਹਿੰਦਾ ਸੀ ਉਸਤਾਦ ਨੇ ਯਾਰ ਐਵੇਂ ਤੈਨੂੰ ਦਿੱਤਾ ਤੇ ਤੂੰ ਕਬੂਤਰ ਨਹੀਂ ਲੈ ਕੇ ਆਉਣੀ ਸੀ, ਆਪਣੇ ਉੱਥੇ 11:30-12:30 ਵਜੇ ਬਹਿੰਦੇ ਰਹੇ ਨੇ ਜੀ, ਸਾਰੇ ਪਿੰਡ ਵਾਲਿਆਂ ਨੂੰ ਪਤਾ ਸੀ
ਉਹ ਗੱਲ ਕਰਦੇ ਸੀ ਵੀ ਇਹਨਾਂ ਦਾ ਪਹਿਲਾ ਨੰਬਰ ਲੱਗੇਗਾ। ਉਸੇ ਛੱਤ ਤੇ ਆਪਣੇ ਜੋੜੇ ਦੇ ਦੋ ਪੱਠੇ ਲੱਗੇ ਸੀ, ਉਹਨੂੰ ਦਿੱਤਾ ਹੋਇਆ ਸੀ ਜੋੜਾ ਜੀ। ਉਹਨਾਂ ਵਿੱਚ ਇੱਕ ਪੱਠਾ ਪਿਛਲੇ ਸਾਲ ਸਰਦੀਆਂ ਚ ਬੱਚਾ 24ਵੇਂ ਮੋੜ ਵਿੱਚ ਘਟ ਗਿਆ ਸੀ, 24ਵੇਂ ਮੋੜ ਵਿੱਚ ਘਟ ਗਿਆ ਸੀ। ਇੱਕ ਉਹ ਵੀ ਉੱਡਦਾ ਪਿਆ ਸੀ ਨਾਲ ਉਹਦਾ ਭਰਾ, ਉਹ ਕਹਿੰਦੇ ਪਿਆ ਸੀ 5 ਵਜੇ ਜੀ, ਸਾਨੂੰ ਆਖਦੇ ਸੀ ਤੁਸੀਂ ਇਹ ਛੱਡੋ ਹੀ ਨਾ ਜੀ, ਅਸੀਂ ਅਗਰ ਵੀ ਅਸੀਂ ਛੱਡਾਂਗੇ। ਅਲਹਮਦੁਲਿਲਾ 8ਵੇਂ ਮੋੜ ਚ ਜਿੱਤੇ ਨੇ ਤੇ ਬੇਜੋੜ ਬੇਜੋੜ ਜਦੋਂ ਇਨਸਾਨ ਕੋਲ ਟਾਈਮ ਨਾ ਹੋਵੇ ਨਾ ਜੀ, ਉਦੋਂ ਕਿਸੇ ਬੰਦੇ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੀਦਾ, ਤੇ ਯਾਨੀ ਕਿ ਉਹਨੂੰ ਆਪਦੇ ਪਿੱਛੇ ਲਾ ਕੇ ਤੇ ਫਿਰ ਉਹਦੀ ਗੱਲਬਾਤ ਨਾ ਸੁਣੇ, ਤੇ ਇਹ ਸਭ ਤੋਂ ਵੱਡਾ ਇਹ ਦੁੱਖ ਹੈ। ਅੱਗੇ ਮੇਰਾ ਵੱਡਾ ਭਾਈ ਤੇ ਅਸੀਂ ਯਾਨੀ ਕਿ ਸਾਡਾ ਸਿਸਟਮ ਸੀ ਇਕੱਠਾ, ਤੇ ਮੈਂ ਸ਼ਗਿਰਦਾਂ ਨੂੰ ਬੜਾ ਟਾਈਮ ਦਿੰਦਾ ਸੀ ਜਾ ਕੇ ਵੀ, ਤੇ ਇੱਥੇ ਆਇਆ ਨੀ, ਇੱਥੇ ਆਇਆ ਨੂੰ ਤਾਂ ਅਲਹਮਦੁਲਿਲਾ ਫਿਰ ਵੀ ਟਾਈਮ ਮਿਲਦਾ ਹੈ ਜੀ। ਤੇ ਬਾਕੀ ਜਿਹੜੇ ਦੋਸਤ ਆ ਮੁਹੱਬਤ ਰੱਖਦੇ ਨੇ ਜੀ, ਇਨਸ਼ਾਅੱਲਾ ਉਹਨਾਂ ਨਾਲ ਜੀ ਤਾਮਨ ਕਰਾਂਗੇ ਜੀ। ਤੇ ਬਾਕੀ ਇਹ ਹੈ ਬਈ ਇਹ ਸ਼ੌਕ ਨੂੰ ਵੇਖੋ ਜੀ, ਹੁਣ ਬੜਾ ਵੱਧ ਗਿਆ ਹੈ। ਬਾਕੀ ਮੈਂ ਤੇ ਯਾਦ ਨਾ ਗਿਆ ਸਿਰ ਇਨਸਾਨ ਨੂੰ ਆਪਣੇ ਮੁਸਤਕਬਿਲ ਦੇ ਬਾਰੇ ਚ ਸੋਚਣਾ ਚਾਹੀਦਾ ਜੀ। ਤੇ ਇਹ ਕਬੂਤਰ ਵਾਲਾ ਸ਼ੌਕ ਅਸੀਂ ਤਾਂ ਕਰਦੇ ਪਏ ਆ ਜੀ, ਤੇ ਇਹ ਮੈਂ ਦਿਲੋਂ ਗੱਲ ਕਰਦਾ ਪਿਆ ਵੀ ਇਹਦਾ ਕੰਮ ਠੀਕ ਨਹੀਂ ਹੈਗਾ ਜੀ। ਹਾਂਜੀ ਆਪਣਾ ਕੰਮ ਕਰ ਦੇਖੋ ਨਾ ਜੀ, ਬੜਾ ਮਹਿੰਗਾਈ ਦਾ ਦੌਰ ਯਾਰ, ਬੰਦੇ ਨੂੰ ਆਪਣੇ ਬੱਚੇ ਪੇਟ ਪਾਲਣਾ ਬੜਾ ਮੁਸ਼ਕਿਲ ਹੈ। ਤੇ ਬਾਕੀ ਜੋ ਕੋਈ ਤੁਹਾਡਾ ਅੱਛਾ ਹੈ ਦੋਸਤ ਜਿਹਨੂੰ ਤੁਸੀਂ ਵੀ ਬਿਹਤਰ ਸਮਝਦੇ ਹੋ, ਉਹਦੇ ਨਾਲ ਵੀ ਕੋਈ ਮਦਦ ਕਰਾਂਗੇ ਜੀ। ਅਜੇ ਸਾਈ ਸਾਡੇ ਕੁਝ ਦੋਸਤ ਇੰਡੀਆ ਤੋਂ ਵੇਖਦੇ ਨਾ, ਆਪਾਂ ਨੂੰ ਇੰਡੀਆ ਤੋਂ ਬੜੇ ਮੈਸੇਜ ਕਰਦੇ ਨੇ ਯਾਰ, ਅਸੀਂ ਰੋਟੀ ਗਿਆ ਮਰੀਜ਼ ਹੈ, ਉਹਨਾਂ ਬਾਰੇ ਕੋਈ ਗੱਲ ਤੁਸੀਂ ਪੈਕੇਜ ਦੇ ਦਿਓ ਕਿ ਅਗਰ ਸਾਲ ਇਮਰਾਨ ਜਰੀਆ ਨੂੰ ਕਾਲ ਕਰਨਗੇ ਤਾਂ ਸਾਲ ਇਮਰਾਨ ਜਰੀਆ ਫੀਸ ਵੀ ਲਾ ਉਹਨਾਂ ਦੀ ਮਦਦ ਕਰੇਗਾ ਜੀ। ਇਹ ਤਾਂ ਕੋਈ ਪੈਕੇਜ ਦਿਓ ਕਿ ਜਿਹੜੇ ਨਾ ਉਹ ਖੁਸ਼ ਹੋ ਜਾਣ, ਉਹ ਦੇਖੋ ਅੱਲਾਹ ਤਾਲਾ ਦਾਨੂੰ ਇਹਦਾ ਹੋਰ ਵੀ ਅਜਰ ਦੇਗਾ ਅੱਗੇ ਵੀ। ਤੁਸੀਂ ਮੈਂ ਸਾਲ ਇਮਰਾਨ ਦੇ ਬਾਰੇ ਦੋਸਤ ਇੱਕ ਗੱਲ ਕਹਿਣਾ ਚਾਹੁੰਦਾ ਕਿ ਸਾਲ ਇਮਰਾਨ ਜਰੀਆ ਕੋਲ ਚਾਹੇ ਉਹਦਾ ਕੋਈ ਸ਼ਗਿਰਦ ਹੈ ਚਾਹੇ ਨਹੀਂ ਹੈ, ਜਿਹੜਾ ਬੰਦਾ ਆਇਆ ਉਹ ਫੈਜ਼ ਪਾ ਕੇ ਗਿਆ, ਠੀਕ ਹੈ। ਤੇ ਮੈਂ ਉਹ ਇੰਡੀਆ ਵਾਲੇ ਮੇਰੇ ਭਰਾਵਾਂ ਵਾ ਤੇ ਸੁਖਚੈਨ ਬਾਈ ਹੈਗੇ ਨੇ, ਉਹ ਬਿਲਕੁਲ ਅਕਸਰ ਆ ਦੇਣ ਬਰੋਡ ਤੇ ਕਹਿੰਦੇ ਨੇ ਕਿ ਯਾਰ ਅਰਫਾਨ ਬਾਈ ਸਾਸੀ ਦਾ ਨਤੀਜੇ ਪਰੀ ਜਿਵੇਂ ਸਾਨੂੰ ਕੋਈ ਸ਼ੌਕ ਸਟਾਰ ਦੇ ਹਵਾਲੇ ਨਾਲ ਕਿਹਾ ਕਿ ਅਗਰ ਇੰਡੀਆ 'ਚ ਕੋਈ ਤੁਹਾਡੇ ਨਾਲ ਰਾਬਤਾ ਕਰਨਾ ਚਾਹਵੇ ਤੁਸੀਂ ਉਹਨਾਂ ਨੂੰ ਆਪਦਾ ਕੋਈ ਦੱਸੋਗੇ ਆਪਦੀ ਕੋਈ ਗੱਲਬਾਤ ਜਿਵੇਂ ਸ਼ੌਕ ਦੇ ਹਵਾਲੇ ਨਾਲ ਲੋਕ ਦੱਸਦੇ ਨੇ, ਕੋਈ ਉਹਨਾਂ ਨੂੰ ਪੂਰੀ ਰਹਿਨਮਾਈ ਕਰੋਗੇ ਜੀ ਉਹਨੇ। ਅਰਫਾਨ ਬਾਈ ਪਹਿਲੇ ਤੁਸੀਂ ਜਿਹੜੀ ਗੱਲ ਕੀਤੀ ਨਾ ਵੀ ਇੰਡੀਆ ਵਾਲੇ ਬਾਈ ਆਖਦੇ ਨੇ ਵੀ ਅਸੀਂ ਲੁੱਟੇ ਗਏ ਜੀ, ਆਪਣੇ ਭਰਾ ਨੇ ਮੁਸਲਮਾਨ ਨੇ ਪਾਕਿਸਤਾਨ ਵਿੱਚ ਸ਼ਿਕਾਰੀ ਨੇ, ਮੈਂ ਜੀ ਉਹਨਾਂ ਦਾ ਸਕਰੀਨ ਤੇ ਨਾਂ ਨਹੀਂ ਲੈਣਾ ਚਾਹੁੰਦਾ ਜੀ, ਬਾਕੀ ਜੋ ਵੀ ਹੈਗਾ ਭਾਵੇਂ ਮੈਂ ਪਤਾ ਚੱਲ ਗਿਆ ਉਹਨਾਂ ਨੇ ਜੀ ਉਹਨਾਂ ਨਾਲ ਆਪਣੇ ਉੱਧਰ ਜਿਹੜੇ ਭਾਈ ਹੈਗੇ ਨੇ ਸ਼ੌਕ ਕਰਦੇ ਨੇ ਸਰਦਾਰ ਹੈਗੇ ਨੇ ਜੀ, ਉਹਨਾਂ ਨਾਲ ਕੋਈ ਠੱਗੀ ਸੁੱਗੀ ਦਾ ਸਿਸਟਮ ਕੀਤਾ ਹੈਗਾ ਜੀ। ਤੇ ਬਾਕੀ ਇਨਸ਼ਾਅੱਲਾ ਜੀ ਮੈਂ ਮੋਬਾਈਲ ਲੈ ਲਵਾਂਗਾ ਜੀ ਟੱਚ, ਅੱਗੇ ਮੇਰਾ ਮੋਬਾਈਲ ਹੋ ਗਿਆ ਸੀ ਚੋਰੀ, ਤਕਰੀਬਨ 2-2.5 ਮਹੀਨੇ ਹੋ ਗਏ ਨੇ, ਮੈਂ ਦੁਬਾਰਾ ਨਹੀਂ ਲਿਆ, ਮੈਂ ਰੱਖਿਆ ਜੀ ਇੱਕ ਵਾਰੀ ਬਸ ਐਵੇਂ ਸਿੰਪਲ ਜਿਹਾ।
ਤੇ ਮੈਂ ਮੋਬਾਈਲ ਲੈ ਲਵਾਂਗਾ ਤੇ ਤੁਸੀਂ ਉਹਨਾਂ ਮੇਰਾ ਨੰਬਰ ਦੇ ਦੇ ਇਨਸ਼ਾਅੱਲਾ ਜੀ ਬੇਲੋਸ ਬਿਲਕੁਲ ਪੂਰਾ ਮਸ਼ਵਰਾ ਦੇਵਾਂਗੇ ਜੀ ਉਹ ਮਸ਼ਵਰਾ ਦੇਵਾਂਗੇ ਜਿਹੜਾ ਸਾਡੇ ਭਾਈ ਇਸਤੇਮਾਲ ਇਨਸ਼ਾਅੱਲਾ ਜੋ ਵੀ ਨੁਸਖਾ ਦੱਸਾਂਗੇ ਕਰਨਗੇ ਤੇ ਇਨਸ਼ਾਅੱਲਾ ਸਾਨੂੰ ਯਾਦ ਕਰਨਗੇ ਅੱਛੇ ਡਾਕਟਰਾਂ ਨੂੰ ਸੋ ਕੇਰ ਭਾਈ ਕਰ ਭਲਾ ਹੋ ਭਲਾ ਸਾਜ ਬਰਾਜ ਜੋ ਯਾ ਗ੍ਰੇਟ ਜੀ ਸਾਈ ਜੀ ਹਾਂਜੀ ਤੇ ਪਹਿਲੇ ਵੀ ਕੋਈ ਦੋ ਚਾਰ ਦੋਸਤ ਹੈਗੇ ਨੇ ਜੀ ਸਾਡੇ ਨਾਲ ਯਾਨੀ ਕਿ ਜਿਹੜੇ ਅਟੈਚ ਨੇ ਸਾਡੇ ਕੋਲ ਮਸ਼ਵਰਾ ਲੈਂਦੇ ਰਹਿੰਦੇ ਨੇ ਜੀ ਤੇ ਇਨਸ਼ਾਅੱਲਾ ਜੀ ਜਿਹੜੇ ਤਲਕ ਵਾਲੇ ਨੇ ਉਹਨਾਂ ਨੂੰ ਬਿਲਕੁਲ ਹੈ ਮੇਰਾ ਪੈਗਾਮ ਤੁਸੀਂ ਹਾਂਜੀ ਇਨਸ਼ਾਅੱਲਾ ਪੂਰਾ ਤਾਮਲ ਕਰਾਂਗੇ ਬਾਕੀ ਜਿਹੜੀਆਂ ਦੀਆਂ ਗੱਲਾਂ ਨੇ ਜੀ 2024 ਦਾ ਸੀਜ਼ਨ ਖਤਮ ਹੋ ਗਿਆ ਜੀ ਵੈਸੇ ਅੱਜ ਆਪਣੇ ਚੜ੍ਹਦੇ ਪੰਜਾਬ ਵਾਲੇ ਜਵਾਨਾਂ ਵਾਸਤੇ ਚੜ੍ਹਦੇ ਪੰਜਾਬ ਦੇ ਸ਼ਕੀਨਾਂ ਵਾਸਤੇ ਕਿ ਯਾਰ ਬੇਲੋਸ ਕੋਈ ਨਹੀਂ ਤੁਹਾਡੀ ਹਰ ਤਰ੍ਹਾਂ ਦੀ ਮਦਦ ਕਰੇਗਾ ਪੂਰਾ ਸ਼ਿਕਾਰ ਤੁਹਾਨੂੰ ਮੁਕਸਲ ਕਰਨ ਲਈ ਇਨਸ਼ਾਅੱਲਾ ਜ਼ਿੰਦਗੀ ਦੇ